ਏ ਤੁਸੀਂ ਆਪਣੀ ਡਿਊਟੀ ਕਿਵੇਂ ਨਿਭਾ ਲੈਣੇ ਹਾਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਿਵੇਂ ਸਕ੍ਰਿਪਟ ਚ ਇਨਵੋਲਵ ਹੋਵਾਂਗੀ ਐਜ਼ ਅਸਿਸਟੈਂਟ ਕਰਦਾ 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 ਤੇ ਪ੍ਰਮਾਥਮਾ ਨੇ ਫਿਰ ਪ੍ਰਮਾਥਮਾ ਜੀ ਬਸ ਦੇ ਰਿਹਾ ਤੇ ਮੈਂ ਲਵਾਰ ਰਿਹਾ ਥੋੜੇ ਵਿਚਾਰ ਦਣਾ ਚਾਹੂੰਗੀ ਕਿ ਕੀ ਇਹ ਫਿਲਮ ਸੀਤੋਡੇ ਲਈ ਮੇਰੇ ਲਈ ਮੇਰਾ ਇਹ ਡ੍ਰੀਮ ਪ੍ਰੋਜੈਕਟ ਆ ਜੀ ਨਿਰਮਲ ਜੀ ਮੈਂ ਅੰਦਾ ਕਰਦਾ ਦਾ 25 ਦਾ کردار ੁੱਗੀ ਭਾਜੀ ਦਾ ਇਹਨਾਂ ਦੇ ਬ੍ਰਦਰ ਦਾ کردار ਜਿਹੜਾ ਇਹ ਫਿਲਮ ਦੇ ਵਿੱਚ ਪ੍ਰਧਾਨ ਕੋਣ ਬਸ ਆਡੀਅנס ਤੇ ਪਰਮਾਤਮਾ ਦੇ ਹੱਥ ਵਸਦਾ ਕੁਦਰਤ ਬਣਾਉਂਦੀ ਜਾ ਰਹੀ ਸੀ ਅਸੀਂ ਕਰਦੇ ਜਾ ਰਹੇ ਸੀ ਥੈਟਸ ਇਥੇ ਤੁਹਾਨੂੰ ਕ੍ਰੀਏਟਿਵ ਫ੍ਰੀडम ਕਿੰਨੀ ਸੀਗੀ ਇੱਕ ਬਹੁਤ ਵਧੀਆ ਸਪੋਰਟਿਵ ਮਾਹੌਲ ਸੀਗਾ ਬਹੁਤ ਫੈਮਿਲੀਅਰ ਮਾਹੌਲ ਸੀਗਾ ਮਾਲਕ ਨੇ ਜੋ ਤੁਹਾਡਾ ਲਿਖਿਆ ਹੋਇਆ ਜੋ ਤੁਹਾਡਾ ਜਿੱਥੇ ਤੇ ਡਿਸਾਈਡ ਕੀਤਾ ਉਹਦੇ ਚੱਲਦੇ ਜਾਓ ਥੈਟਸ ਯੋਰ ਦਾਣਾ ਪਾਣੀ ਮੈਂ ਗੁਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਨਿਊਜ਼ ਨੰਬਰ ਤੇ ਸਵਾਗਤ ਕਰਦੀ ਹਾਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ 4 ਮਹੀਨੇ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਦਾਣਾ ਪਾਣੀ ਅਤੇ ਇਸ ਫਿਲਮ ਦੀ ਸਾਰਿਆਂ ਨੂੰ ਬੜੀ ਉਡੀਕਾ ਕਿਉਂਕਿ ਜਿਮੀ ਸ਼ੇਰ ਗਿਲਹੋਰੀ ਜਦੋਂ ਵੀ ਕਿਸੇ ਪੰਜਾਬੀ ਫਿਲਮ ਦੇ ਵਿੱਚ ਆਉਂਦੇ ਨੇ ਤਾਂ ਸਾਰਿਆਂ ਨੂੰ ਉਡੀਕ ਹੁੰਦੀ ਹੈ ਕਿ ਹੁਣ ਇਸ ਫਿਲਮ ਦੇ ਵਿੱਚ ਉਹ ਕੀ ਕਰਨਗੇ ਨਵਾਂ ਸੋ ਜਿਮੀ ਸ਼ੇਰ ਗਿਲ ਸਿਮੀ ਚਾਹਲ ਹੋਰਾਂ ਦੀ ਫਿਲਮ ਆ ਰਹੀ ਹੈ ਤੇ ਇਸ ਫਿਲਮ ਦੀ ਕਹਾਣੀ ਲਿਖਿਆ ਜਸ ਗਰੇਵਾਲ ਹੋਰਾਂ ਨੇ ਜਸ ਗਰੇਵਾਲ ਨੂੰ ਕੋਣ ਨਹੀਂ ਜਾਣਦਾ ਜਿਨੇ ਬੰਬੂ ਕਾਰਟ ਜਾਂ ਟੀਮਸ ਬੌਂਡ ਰੱਬ ਦਾ ਰੇਡੀਓ ਵਰਗੀਆਂ ਫਿਲਮਾਂ ਤੁਹਾਨੂੰ ਦਿੱਤੀਆਂ ਨੇ ਅਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਤਰਨਵੀਰ ਸਿੰਘ ਜਗਪਾਲ ਹੋਰਾਂ ਨੇ ਤਰਨਵੀਰ ਹੋਰਾਂ ਦੀ ਬਤਾਰ ਡਾਇਰੈਕਟਰ ਇਸ ਇੰਡਸਟਰੀ ਦੇ ਵਿੱਚ ਸ਼ੁਰੂਆਤ ਹੋਈ ਸੀ ਰੱਬ ਦੇ ਰੇਡੀਓ ਫਿਲਮ ਦੇ ਨਾਲ ਜਿਸ ਦੇ ਵਿੱਚ ਹੈਰੀ ਪੱਟੀ ਉਹਨਾਂ ਦੇ ਨਾਲ ਸਨ ਅਤੇ ਉਹਨਾਂ ਦਾ ਜਿਹੜਾ ਸੈਕੰਡ ਮਾਸਟਰਪੀਸ ਆ 4 ਮਹੀਨ ਨੂੰ ਰਿਲੀਜ਼ ਹੋ ਰਿਹਾ ਦਾਣਾ ਬਾਣੀ ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਤੇ ਡਾਇਰੈਕਟਰ ਦੀ ਸੋਚ ਜਾਂਦੇ ਕਿ ਇਸ ਫਿਲਮ ਨੂੰ ਬਣਾਉਣ ਪਿੱਛੇ ਇੱਕ ਨਿਰਦੇਸ਼ਕ ਕੀ ਸੋਚ ਰੱਖਦਾ ਜਾਂ ਕਿਵੇਂ ਉਹਨਾਂ ਨੇ ਇਹ ਫਿਲਮ ਬਣਾ ਕੇ ਤਿਆਰ ਕੀਤੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਸ਼ਿਕਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾ ਉਦ ਲਈ ਦਾਣਾ ਪਾਣੀ ਦਿਲੇ ਤੇ ਇਸ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਸਵਾਲ ਤੁਹਾਡੀ ਕਾਮਯਾਬੀ ਦਾ ਇੱਕ ਫਿਲਮ ਇੱਕ ਫਿਲਮ ਨੇ ਤੁਹਾਨੂੰ ਫਿਲਮ ਫੇਅਰ ਅਵਾਰਡ ਵੀ ਦਵਾਇਆ ਪੀਟੀਸੀ ਫਿਲਮ ਅਵਾਰਡ ਵੀ ਦਵਾਇਆ ਇਹਨਾਂ ਬਾਰੇ ਕੀ ਕਹੋਗੇ ਪਰਮਾਤਮਾ ਨੇ ਇੱਕ ਫਲ ਦਿੱਤਾ ਜੀ ਮੈਨੂੰ ਇਹ ਜਦ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਤੁਰੇ ਜਾਂਦੇ ਹੋ ਵਧਦੇ ਜਾਂਦੇ ਹੋ ਤਾਂ ਤੁਹਾਨੂੰ ਜੋ ਵੀ ਤੁਸੀਂ ਕਾਰਜ ਕਰਦੇ ਹੋ ਉਹਦਾ ਇੱਕ ਤੁਹਾਨੂੰ ਇੱਕ ਐਟ ਦੈਂਡ ਰਿਜ਼ਲਟ ਮਿਲਦਾ ਹੁੰਦਾ ਹਾਂ ਉਹ ਪਰਮਾਤਮਾ ਨੇ ਉਹ ਉਹਦੇ ਰੂਪ ਚ ਉਸ ਫਲ ਨੂੰ ਮੈਨੂੰ ਅਵਾਰਡ ਦੇ ਰੂਪ ਚ ਮੈਨੂੰ ਦਿੱਤਾ ਹੋ ਕਿ ਤਾਂ ਕਿ ਮੈਂ ਹੋਰ ਨਾ ਚੰਗੇ ਰਾਵਾਂ ਤੇ ਤੁਰਨ ਦੀ ਕੋਸ਼ਿਸ਼ ਕਰਦਾ ਰਵਾਂ ਉਹਨਾਂ ਕਨਸੈਪਟਸ ਨੂੰ ਅੱਗੇ ਲਿਆਉਂਦਾ ਰਵਾਂ ਤੇ ਇਸ ਕਰਕੇ ਬਸ ਉਹ ਚੀਜ਼ ਆ ਜੀ ਦੈਟਸ ਇਟ ਜੀ ਵਰਕਸ਼ਨੀ ਪਵੇ ਰੱਬ ਦਾ ਰੇਡੀਓ ਫਿਲਮ ਆਉਣ ਦੇ ਨਾਲ ਤਰਨਵੀਰ ਸਿੰਘ ਜਗਪਾਲ ਸਾਰਿਆਂ ਦੇ ਸਾਹਮਣੇ ਆਏ ਨੇ ਪਰ ਉਸ ਤੋਂ ਪਿੱਛੇ ਵੀ ਤੁਹਾਡਾ 10 11 ਸਾਲ ਦਾ ਜਿਹੜਾ ਕੰਮ ਆ ਇੰਡਸਟਰੀ ਦੇ ਵਿੱਚ ਰਿਹਾ ਹਨਾ ਤੁਹਾਡੀ ਸ਼ੁਰੂਆਤ ਕਿਵੇਂ ਦੀ ਹੋਈ ਸੀ ਜਾਂ ਉਹ 10 11 ਸਾਲ ਕਿਹੜੇ ਕੰਮ ਕਿਹੜੀਆਂ ਮਿਹਨਤਾਂ ਕਿਵੇਂ ਤੁਸੀਂ ਆਪਣੇ ਆਪ ਨੂੰ ਇਸ ਅਹੁਦੇ ਦੇ ਲਾਇਕ ਬਣਾਇਆ ਕਿ ਤੁਸੀਂ ਡਾਇਰੈਕਟਰ ਦੀ ਕੁਰਸੀ ਤੇ ਬੈਠ ਸਕੋ ਉਹਦੇ ਬਾਰੇ ਮੈਨੂੰ ਜ਼ਰੂਰ ਦੱਸੋ ਮੈਂ ਇਹ ਸੋਚਿਆ ਤਾਂ ਹੈ ਨਹੀਂ ਸੀਗਾ ਕਦੇ ਵੀ ਕਿ ਮਤਲਬ ਮੈਂ ਪਤੌਰ ਐਜ਼ਏ ਡਾਇਰੈਕਟਰ ਇਹਨਾਂ ਚੀਜ਼ਾਂ ਵੱਲ ਨੂੰ ਵਧਾਂਗਾ ਪਰ ਕੁਛ ਮਨ ਚ ਖਿਆਲ ਪਹਿਲਾਂ ਤੋਂ ਇਹੋ ਜਿਹਾ ਸੀਗੀ ਪਹਿਲੀ ਫਿਲਮ ਸੀ ਮੇਰੀ ਜੀ ਜਦ ਮੈਂ ਸ਼ੁਰੂਆਤ ਕੀਤੀ ਮੈਂ ਡਿਜੀਟਲੀ ਐਨੀਮੇਸ਼ਨ ਗ੍ਰਾਫਿਕਸ ਐਡੀਟਿੰਗ ਇਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਸੀ ਅੱਛਾ ਤੇ ਇਹਨਾਂ ਚੀਜ਼ਾਂ ਸਦਕਾ ਹੀ ਮੈਂ ਫਿਲਮਾਂ ਚ ਐਂਟਰੀ ਮਰੀ ਸੀ ਟੌਰ ਮਤਰਾ ਦੀ ਇਟਸ ਮਾਈ ਫਰਸਟ ਫਿਲਮ ਅੱਛਾ ਤੇ ਫਿਰ ਜਿੰਮੀ ਬਾਜੀ ਇਹਨਾਂ ਦੀ ਪ੍ਰੋਡਕਸ਼ਨ ਕੰਪਨੀ ਸੀਗੀ ਉਹਦੇ ਵਿੱਚ ਤੋਂ ਉਹਦੇ ਵਿੱਚ ਮੈਂ ਡਿਜੀਟਲੀ ਪਲੱਸ ਐਡੀਟਿੰਗ ਦੇ ਜ਼ਰੀਏ ਐਂਟਰ ਹੋਇਆ ਸੀਗਾ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਉਸੇ ਫਿਲਮ ਦੇ ਵਿੱਚ ਮੈਂ ਐਜ਼ ਅ ਡਿਜੀਟਲ ਕੰਮ ਕਰਦਾ ਕਰਦਾ ਤੇ ਜਦ ਫਿਲਮ ਰਿਲੀਜ਼ ਹੁੰਦੀ ਆ ਤੇ ਮੇਰਾ ਨਾਮ ਫਰਸਟ ਅਸਿਸਟੈਂਟ ਡਾਇਰੈਕਟਰ ਹਾਂ ਦਾ ਤੇ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਿਵੇਂ ਸਕ੍ਰਿਪਟਸ ਇਨਵੋਲਵ ਹੋਵਾਂਗੇ ਆ ਕਿਵੇਂ ਉਹ ਡਾਇਰੈਕਸ਼ਨ ਦੇ ਕੰਮ ਵਿੱਚ ਇਨਵੋਲਵ ਹੁੰਦਾ ਹੁੰਦਾ ਮੈਂ ਨਵਨੀਤ ਸਿੰਘ ਹਣੀ ਡਾਇਰੈਕਟਰ ਸੀਗੇ ਉਸ ਫਿਲਮ ਦੇ ਤੇ ਉਹਨਾਂ ਦੇ ਨਾਲ ਹੀ ਮੈਂ 7-8 ਸਾਲ ਤਕਰੀਬਨ ਉਹਨਾਂ ਦੇ ਨਾਲ ਹੀ ਕੰਮ ਕੀਤਾ ਜੀ ਅੱਛਾ ਤੇ ਐਜ਼ ਅਸਿਸਟੈਂਟ ਐਜ਼ ਅ ਚੀਫ ਐਡੀ ਐਜ਼ ਅ ਅਸੋਸੀਏਟ ਤੌਰ ਮਿੱਤਰਾਂ ਦੀ ਤੈਨ ਉਦਬਦ ਰੰਗੀਲੇ ਰੋਮਿਓ ਰਾਂਜਾ ਸਾਡੀ ਲਵ ਸਟੋਰੀ ਇਸ਼ਕ ਗਰਾਰੀ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਉਹਨਾਂ ਦੇ ਕੈਂਪ ਦੀਆਂ ਜੰਨੀਆਂ ਫਿਲਮਾਂ ਸੀ ਅੱਛਾ ਤੋ ਐਜ਼ ਅਸਿਸਟੈਂਟ ਕਰਦਾ 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 ਤੇ ਪ੍ਰਮਾਤਮਾ ਨੇ ਫਿਰ ਆਫਟਰ 댓 ਸਾਡੇ ਸਾਹਮਣੇ ਜੀ ਜੀ ਇਹ ਜਿਹੜੀ ਡਾਇਰੈਕਟਰ ਦੀ ਚੇਅਰ ਹੁੰਦੀ ਆ ਇਹ ਬਹੁਤ ਰਿਸਪੌਂਸੀਬਲ ਚੇਅਰ ਹੁੰਦੀ ਆ ਨਾ ਤੇ ਬਹੁਤ ਖੁਸ਼ ਹੈ ਜਿਹੜਾ ਡਾਇਰੈਕਟਰ ਦੇ ਉੱਤੇ ਆ ਕੇ ਖੜਾ ਹੋ ਜਾਂਦਾ ਵਾ ਤੇ ਇੱਕ ਬਹੁਤ ਹੈਕਟਿਕ ਜੋਬ ਵੀ ਆ ਬੜੀ ਰਿਸਪੌਂਸੀਬਿਲਟੀ ਵਾਲੀ ਜੋਬ ਤੁਹਾਡੀ ਉਮਰ ਬਹੁਤ ਛੋਟੀ ਹੈ ਮੈਂ 27 ਸਾਲ ਦੇ ਨੇ ਮੈਨੂੰ ਲੱਗਦਾ ਕਿ ਫਿਲਮ ਇੰਡਸਟਰੀ ਦੇ ਸਭ ਤੋਂ ਛੋਟੇ ਡਾਇਰੈਕਟਰ ਹੋਵੋਗੇ ਜਿੰਨੀ ਕਿ ਮੇਰੀ ਨੋਲੇਜ ਆ ਗਲਤ ਵੀ ਹੋ ਸਕਦੀ ਹੈ ਹਾਂ ਜੀ ਇਹ ਤੁਸੀਂ ਆਪਣੀ ਡਿਊਟੀ ਕਿਵੇਂ ਨਿਭਾ ਲੈਂਦੇ ਹੋ ਪਰ ਆਤਮਾ ਜੀ ਬਸ ਦੇ ਰਿਹਾ ਤੇ ਮੈਂ ਨਿਭਾ ਰਿਹਾ ਮੈਨੂੰ ਨਹੀਂ ਪਤਾ ਮੈਂ ਕਿਵੇਂ ਉਹਨਾਂ ਚੀਜ਼ਾਂ ਨੂੰ ਕਰ ਪਾਉਣਾ ਤੇ ਪਰ ਮੈਂ ਸ਼ੌਂਕ ਨਾਲ ਲੱਗਿਆ ਹੋਇਆ ਜੀ ਮੈਨੂੰ ਕੁਝ ਫੀਲ ਨਹੀਂ ਹੁੰਦਾ ਕਿ ਮੈਂ ਕਿੱਦਾਂ ਕਰ ਰਿਹਾ ਕਿਵੇਂ ਕਰਦੇ ਹਾਂ ਕਿਵੇਂ ਕਰੀ ਜਾ ਰਿਹਾ ਸਾਰਾ ਕੁਝ ਸਾਰਾ ਕੁਝ ਵਧੀਆ ਹੋ ਰਿਹਾ ਜਦੋਂ ਨਾ ਐਕਚੁਅਲੀ ਚ ਕੁਦਰਤ ਤੁਹਾਡਾ ਸਾਥ ਦਿੰਦੀ ਹੈ ਬਿਲਕੁਕ ਤੇ ਫਿਰ ਸਾਰੇ ਕਾਰਜ ਤੁਹਾਡੇ ਸਹੀ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਮੇਰੇ ਕੈਰੀਅਰ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਉਹ ਕੁਦਰਤ ਦਾ ਹੀ ਹੈ ਜੀ ਤੇ ਕੁਦਰਤ ਹੀ ਇਹ ਫਿਲਮਾਂ ਬਣਾ ਰਹੀ ਆ ਤੇ ਕੁਦਰਤ ਦੇ ذریعے ਮੈਂ ਸਾਰਾ ਕੁਝ ਕਰ ਪਾ ਰਿਹਾ ਕੁਦਰਤ ਦੇ ذریعے ਹੀ ਮੇਰੇ ਚ ਇੰਨੀ એનર્ਜੀ ਆ ਰਹੀ ਆ ਕਿ ਮੈਂ ਦੌੜ ਦੌੜ ਕੇ ਸਾਰੇ ਕੰਮ ਕਰ ਲੈਣਾ ਸੋ ਬਹੁਤ ਵੱਡਾ ਯੋਗਦਾਨ ਆ ਉਸ ਪ੍ਰਮਾਤਮਾ ਦਾ ਉਹਦੀ ਬਦੌਲਤ ਹੀ ਦੁਰਿਆ ਫਿਰ ਰਿਹਾ ਜੀ ਬਸ ਭਾਜੀ ਮੈਂ ਪਿਛਲੇ 4 ਸਾਲਾਂ ਤੋਂ ਮੈਂ ਇੰਟਰਵਿਊਜ਼ ਕਰ ਰਹੀ ਆ ਹਨਾ ਤੇ ਅੱਜ ਵੀ ਜਦੋਂ ਮੇਰੀ ਕੋਈ ਇੰਟਰਵਿਊ ਹੁੰਦੀ ਹੈ ਮੈਨੂੰ ਲੱਗਦਾ ਕਿ ਇਹ ਮੇਰੀ ਪਹਿਲੀ ਇੰਟਰਵਿਊ ਆ ਅੱਜ ਵੀ ਮੈਨੂੰ ਉਨਾ ਹੀ ਡਰ ਲੱਗਦਾ ਅੱਜ ਵੀ ਮੈਂ ਉਨੀ ਹੀ ਨਰਵਸ ਹੁੰਨੀ ਆ ਤੁਹਾਨੂੰ ਵੀ ਕਦੇ ਇਦਾਂ ਦਾ ਫੀਲ ਹੋਇਆ ਡਾਇਰੈਕਸ਼ਨ ਕਰਦੇ ਹੋਏ ਕਿ ਇਹ ਫਿਲਮ ਦੇ ਵਿੱਚ ਨਵੇਂ ਚੈਲੰਜੇ ਹੋਣਗੇ ਜਾਂ ਫਿਰ ਉਹ ਐਕਟਰ ਤੁਹਾਡੇ ਨਾਲ ਕੰਮ ਕਰ ਰਿਹਾ ਜਾਂ ਉਹਨੂੰ ਤੁਸੀਂ ਡਾਇਰੈਕਸ਼ਨ ਦੇਣੀ ਹੈ ਜਿਹੜਾ ਪਿਛਲੇ 30 ਸਾਲਾਂ ਤੋਂ ਸਿਨੇਮਾ ਦੇ ਵਿੱਚ ਕੰਮ ਕਰ ਰਿਹਾ ਹਨ ਕਦੀ ਤੁਹਾਨੂੰ ਇਦਾਂ ਦਾ ਹੋਇਆ ਕਿ ਮੈਨੂੰ ਕੁਝ ਕਮੀ ਨਾ ਰਹੇ ਜ ਵੀ ਜਾਂ ਕਦੇ ਇਦਾਂ ਦਾ ਨਰਵਸਨੈਸ ਫੀਲ ਹੋਈ ਹੈ ਕਦੀ ਰਿਲੀਜ਼ ਵੇਲੇ ਨਰਵਸ ਨਰਵਸ ਹੁੰਦਾ ਜੀ ਪਰ ਸ਼ੂਟ ਵੇਲੇ ਤਾਂ ਕਦੇ ਇਦਾਂ ਦਾ ਕੁਝ ਮਨਚ ਨਹੀਂ ਆਉਂਦਾ ਕਦੇ ਵੀ ਨਹੀਂ ਆਉਂਦਾ ਕਰਕੇ ਮੈਨੂੰ ਪਤਾ ਨਹੀਂ ਮੇਰਾ ਸੁਭਾਅ ਹੈ ਜੀ ਇਹੋ ਜਿਹਾ ਇਹਨੂੰ ਮੈਂ ਗਲਤ ਨਾ ਇਹ ਨੂੰ ਸਮਝਿਓ ਹਾਂਜੀ ਪਰ ਉਸ ਵੇਲੇ ਤਾਂ ਨਹੀਂ ਮੈਨੂੰ ਕੋਈ ਨਰਵਸਨੈਸ ਇਤਾਂ ਦਾ ਕੁਛ ਨਹੀਂ ਹੁੰਦਾ ਅੱਛਾ ਪਰ ਹਾਂ ਇੱਕ ਮੰਚੇ ਰਿਸਪੌਂਸਿਬਿਲਟੀ ਹੋਰ ਵੱਡੀ ਹੋ ਜਾਂਦੀ ਆ ਕਿ ਹੁਣ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਤੁਸੀਂ ਗਾਈਡ ਕਰਨਾ ਚਾਹੁੰਦੇ ਤੁਸੀਂ ਡਾਇਰੈਕਸ਼ਨ ਦੇਣੀ ਆ ਉਹਨਾਂ ਦਾ ਆਪ ਚੁਗਣਾ ਐਕਸਪੀਰੀਅੰਸ ਆ ਸਾਡੇ ਨਾਲੋਂ ਬਹੁਤ ਵੱਡਾ ਐਕਸਪੀਰੀਅੰਸ ਆ ਤੇ ਉਹਨਾਂ ਨੂੰ ਗੱਲ ਦੱਸਣੀ ਤੇ ਉਹਦੇ ਲਈ ਤੁਹਾਨੂੰ ਅੰਦਰ ਕੁਝ ਵਿਚਾਰ ਜ਼ਰੂਰ ਕਰਨੇ ਪੈਂਦੇ ਨੇ ਕਿ ਗਰ ਵੀ ਜੋ ਬੋਲ ਰਹੇ ਹੈ ਤੁਹਾਡਾ ਇੱਕ ਇੱਕ ਸ਼ਬਦ ਸਹੀ ਹੋਣਾ ਚਾਹੀਦਾ ਤੁਹਾਡੀ ਇੱਕ ਇੱਕ ਗੱਲ ਸਹੀ ਹੋਣੀ ਚਾਹੀਦੀ ਆ ਕੀ ਨਰਵਸਤਾ ਪਰਮਾਤਮਾ ਹੋਣ ਨਹੀਂ ਦਿੰਦਾ ਜੀ ਤੇ ਨਾ ਹੋਵਾਂ ਜਦੋਂ ਅ ਐਜ਼ ਐਨ ਅਸਿਸਟੈਂਟ ਤੁਹਾਡਾ ਬਹੁਤ ਲੰਮਾ ਕੰਮ ਰਿਹਾ ਪਿੱਛੇ ਬਹੁਤ ਤੁਹਾਡਾ ਤਜਰਬਾ ਰਿਹਾ ਨਾ ਜਦੋਂ ਰੱਬ ਦਾ ਰੇਡੀਓ ਆਈ ਸੀ ਤਾਂ ਇਹਦੇ ਵਿੱਚ ਤੁਹਾਡੇ ਨਾਲ ਇੱਕ ਸਹਿ ਨਿਰਦੇਸ਼ਕ ਜਾਂ ਤੁਹਾਡੇ ਡਾਇਰੈਕਟਰ ਜੋੜੀ ਸੀਗੀ ਹੈਰੀ ਪੱਟੀ ਸੀਗੇ ਤੁਸੀਂ ਸੀਗੇ ਦੋਨਾਂ ਨੇ ਮਿਲ ਕੇ ਕੰਮ ਕੀਤਾ ਤੇ ਕਾ ਖੂਬਸੂਰਤ ਫਿਲਮ ਤੁਸੀਂ ਇੰਡਸਟਰੀ ਨੂੰ ਦਿੱਤੀ ਹੈ ਨਾ ਉਹ ਹਮੇਸ਼ਾ ਫਿਲਮ ਉਹ ਯਾਦ ਰੱਖੀ ਜਾਊਗੀ ਉਹਦੇ ਕਿਰਦਾਰ ਹਮੇਸ਼ਾ ਲੋਕਾਂ ਦੇ ਵਿੱਚ ਜਿਉਂਦੇ-ਤਿਉਂ ਖੜੇ ਰਹਿਣਗੇ ਇਹ ਫਿਲਮ ਤੁਸੀਂ ਇਕੱਲੇ ਡਾਇਰੈਕਟ ਕਰ ਰਹੇ ਸੀਗੇ ਹਾਂਜੀ ਉੱਥੇ ਤੁਹਾਡੀਆਂ ਰਿਸਪੌਂਸਿਬਿਲਿਟੀਆਂ ਜਿਹੜੀਆਂ ਸੀ ਕਿਉਂ ਡਿਵਾਈਡ ਹੋ ਗਿਆ ਸੀ ਜਾਂ ਕਹਿ ਲਓ ਕਿ ਕੰਮ ਤਾਂ ਚਲੋ ਬੰਦਾ ਓਨੀ ਮਿਹਨਤ ਦੇ ਨਾਲ ਹੀ ਕਰਦਾ ਹਨਾ ਸੋ ਇਹ ਫਿਲਮ ਨੂੰ ਬਣਾਉਣ ਦਾ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੁਹਾਡੇ ਲਈ ਇੱਕ ਚੈਲੰਜ ਸੀਗਾ ਜਾਂ ਮੈਂ ਤੁਹਾਡੇ ਤੁਹਾਡੇ ਵਿਚਾਰ ਡੰਣਾ ਚਾਹੂੰਗੀ ਕਿ ਕੀ ਇਹ ਫਿਲਮ ਸੀ ਤੁਹਾਡੇ ਲਈ ਮੇਰੇ ਲਈ ਮੇਰਾ ਇਹ ਡ੍ਰੀਮ ਪ੍ਰੋਜੈਕਟ ਆ ਜੀ ਤੇ ਤੁਹਾਨੂੰ ਪਤਾ ਹੀ ਹੋਊਗਾ ਜਸਪਾਈ ਦੀ ਵੀ ਤੁਸੀਂ ਇੰਟਰਵਿਊ ਲਈ ਹੋਣੀ ਆ ਨਾ ਨੇ ਤੁਹਾਨੂੰ ਦੱਸਿਆ ਹੋਊਗਾ ਸਾਡਾ ਇੱਕ ਤelum ਸੋਚਿਆ ਹੋਇਆ ਸੀ ਵੀ ਆ ਇਹੋ ਜਿਹਾ ਕਨਸੈਪਟ ਬਣਾਉਣੇ ਨੇ ਤੇ ਆਹ ਕਨਸੈਪਟ ਨੈਕਸਟ ਬਣਾਉਣਾ ਹੈ ਤੇ ਇਹਦੇ ਲਈ ਇੰਨੀ ਸ਼ੱਦਤ ਲਿਆਉਣ ਦੇ ਲਈ ਮਤਲਬ ਹੋਰ ਰਿਸਪੌਂਸਿਬਿਲਟੀ ਚੱਕਣ ਦੇ ਲਈ ਪਹਿਲਾਂ ਹੀ ਤਿਆਰਤਾ ਸੀਗੇ ਪਰ ਹੋਰ ਤੁਹਾਨੂੰ ਮਜ਼ਾ ਸਵਾਦ ਆਉਂਦਾ ਜਦੋਂ ਤੁਹਾਡੇ ਸਿਰ ਤੇ ਹੋਰ ਭਾਰ ਪੈ ਜਾਏ ਨਾ ਤੇ ਜਿੱਦਾਂ ਜਦੋਂ ਆਪਾਂ ਕੋਈ ਪਿੰਗ ਝੂਟਦੇ ਆ ਕਹਿੰਦੇ ਉੱਤੇ ਜਦੋਂ ਉੱਚਾ ਜਦੋਂ ਉੱਤੇ ਭਾਰ ਵਧਿਆ ਹੋਵੇ ਤੇ ਤਦ ਪਿੰਗ ਜਰਾ ਵਧੀਆ ਸੋਹਣੀ ਚੱਲਦੀ ਹੈ ਜਦੋਂ ਇਹ ਹਲਕਾ ਹੋਵੇ ਕੋਈ ਬੰਦਾ ਬੈਠਾ ਤੇ ਉਹ ਹਵਾ ਚੜਦੀ ਫਿਰਦੀ ਸੋ ਜਦੋਂ ਭਾਰ ਤੁਹਾਡੇ ਤੇ ਪੈਂਦਾ ਸੋ ਇਸ ਚੀਜ਼ ਦਾ ਵੀ ਇੱਕ ਅੱਡ ਸਵਾਦ ਹੈ ਜੀ ਬਹੁਤ ਸੋ ਮਨ ਨੂੰ ਤਾਂ ਬਹੁਤ ਮਜ਼ਾ ਆਇਆ ਮਨ ਨੂੰ ਤਾਂ ਟਿਲ ਡੇਟ ਅੱਛੀ ਹੀ ਹੁਣ ਤੱਕ ਦੀ ਪਹੁੰਚ ਦੇ ਪੁਆਇੰਟ ਤੱਕ ਮਜ਼ਾ ਆ ਰਿਹਾ ਪੂਰਾ ਬੰਬੇ ਉਹ ਆਣਾ ਛੰਡੀਗੜ ਜਾਣਾ ਘੁੰਮਣਾ ਐਡਿਟ ਕਰਨਾ ਇਹ ਕਰਨਾ ਬਟ ਇਟਸ ਅ ਵੈਰੀ ਗੁੱਡ ਜਰਨੀ ਜੀ ਸੋ ਕਦੇ ਇਹੋ ਜਿਹਾ ਮਹਿਸੂਸ ਨਹੀਂ ਹੋਇਆ ਬਟ ਇਟਸ ਨਾਈਸ ਜਰਨੀ ਦੈਟਸ ਇਟ ਜੀ ਜਿਵੇਂ ਸ਼ੇਰ ਗਿਲ ਹੋ ਰਹੇ ਦਾ ਸੈੱਟ ਤੇ ਕੀ ਰਵਈਆ ਰਹਿੰਦਾ ਸੀਗਾ ਤੁਹਾਡੇ ਨਾਲ ਵੈਸੇ ਤੇ ਉਹਨਾਂ ਨੂੰ ਅਸੀਂ ਹਮੇਸ਼ਾ ਬਹੁਤ ਸਪੋਰਟਿਵ ਬਹੁਤ ਸਪੋਰਟਿਵ ਬੰਦਾ ਬਹੁਤ ਸਪੋਰਟਿਵ ਭਾਈ ਨੇ ਅਲਬੈਨੈਕ ਸਪੋਰਟ ਕਰਦੇ ਨੇ ਜੀ ਮੈਂ ਇੰਡਸਟਰੀ ਚ ਬੰਦੇ ਹੋਰ ਹੈਰਾਨ ਹੋਣਗੇ ਇਸ ਸੀਨ ਸੁਣ ਕੇ ਕਿ ਜੇ ਜੇਕਰ ਸਵੇਰ ਤੇ 10 ਵਜੇ ਦਾ ਭਾਜੀ ਦਾ ਕਾਲ ਟਾਈਮ ਆ ਤੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ 8 ਵਜੇ ਜਾ ਕੇ ਉੱਥੇ ਕੰਮ ਸ਼ੁਰੂ ਕਰਨਾ ਹੈ ਤਾਂ ਭਾਜੀ 8 ਵਜੇ ਆ ਕੇ ਸਾਡੇ ਕੋਲ ਬੈਠ ਜਾਂਦੇ ਸੀਗੇ ਅੱਛਾ ਤੇ ਪੂਰਾ ਟਾਈਮ ਸੈੱਟ ਤੇ ਰਹਿਣਾ ਯਾਨੀ ਕਿ ਤੁਹਾਡਾ ਜਦ ਸ਼ਾਰਟ ਆ ਉਦੋਂ ਹੀ ਆ ਕੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਪੂਰਾ ਦਿਨ ਸਾਡੇ ਨਾਲ ਸਪੈਂਡ ਕਰਨਾ ਉਹਨਾਂ ਨੇ ਟਾਈਮ ਸਪੈਂਡ ਕਰਨਾ ਤੇ ਇੱਕਦਮ ਡਿਸਪਲਨ ਪ੍ਰੋਫੈਸ਼ਨਲ ਫੈਕਟਰੀng ਦੇ ਮਾਮਲੇ 'ਚ ਤਾਂ ਤੁਹਾਨੂੰ ਸਭ ਨੂੰ ਆਪਾਂ ਨੂੰ ਪਤਾ ਹੀ ਹੈ ਜੀ ਨਾ ਦਾ ਕੋਈ ਤੋੜ ਹੈ ਨਹੀਂ ਜੀ ਤਾਂ ਵੈਰੀ ਨਾਈਸ ਵੈਰੀ ਸਪੋਰਟਿਵ ਭਾਜੀ ਵੈਰੀ ਸਪੋਰਟਿਵ ਇਸ ਫਿਲਮ ਦੇ ਵਿੱਚ ਬਸੰਤ ਕੌਰ ਦੇ ਨਾਲ ਆਪਾਂ ਮਿਲ ਚੁੱਕਿਆ ਮਹਿਤਾਬ ਹੁਰਾਂ ਦਾ ਕਿਰਦਾਰ ਸਾਡੇ ਸਾਹਮਣੇ ਆ ਇੰਨਾ ਵਰਗੇ ਫਿਲਮ ਦੇ ਵਿੱਚ ਹੋਰ ਕਿਹੜੇ ਕਿਰਦਾਰ ਨੇ ਜਿਹੜੇ ਲੋਕਾਂ ਨੂੰ ਯਾਦ ਰਹਿਣਗੇ ਨਰਮਲ ਜੀ ਮੈਂ ਆਮਦਾ ਕਿਰਦਾਰ ਜਿਹਨਾਂ ਦਾ ਬਸੰਤ ਕੌਰ ਦਾ ਜਿਹੜਾ ਉਹਨਾਂ ਦੀ 올ਡ ਏਜ ਦਾ 올ਡ ਏਜ ਬੱਚੀ ਬਸੰਤ ਕੌਰ ਜੀ ਮਤਲਬ ਉਹਦਾ ਬੱਚੀ ਦਾ ਕਿਰਦਾਰ ਜੀ ਕੁੱਕੀ ਭਾਜੀ ਦਾ ਇਹਨਾਂ ਦੇ ਬ੍ਰਦਰ ਦਾ ਕਿਰਦਾਰ ਜਿਹੜਾ ਅੱਛਾ ਮਤਲਬ ਉਹ ਤਾਂ ਬਾਕਮਾਲ ਆ ਜੀ ਮਤਲਬ ਐਡਾਕ ਸੋਹਣਾ ਸੀਕੁਐਂਸ ਐ ਉਹ ਫਿਲਮ ਦਾ ਐਡਾਕ ਸੋਹਣਾ ਪਾਰਟ ਆ ਤੁਹਾਨੂੰ ਦੇਖ ਕੇ ਚੀਜ਼ ਵੱਲ ਤੁਹਾਨੂੰ ਮਤਲਬ ਵੱਧ ਪਤਾ ਲੱਗੂਗਾ ਜੀ ਉਸ ਚੀਜ਼ ਬਾਰੇ ਸਾਰੇ ਕਿਰਦਾਰ ਹੁਣ ਜਿੰਨੀਆਂ ਭੂਆ ਮਾਸੀਆਂ ਤਾਈਆਂ ਚਾਚੀਆਂ ਪਰ ਵਨ ਆਫ ਦਾ ਬੈਸਟ ਇਜ਼ ਕੁੱਕੀ ਭਾਜੀ ਜੇ ਆਪਾਂ ਦੇਖੀਏ ਤਾਂ ਬਹੁਤ ਸੋਹਣਾ ਕਿਰਦਾਰ ਆ ਜੀ ਉਹਨਾਂ ਦਾ ਫਿਲਮ 'ਚ ਯਾਦ ਕਰੀਏ ਪਟੇ ਜਦੋਂ ਆਪਾਂ ਕਈ ਵਾਰ ਫਿਲਮ ਦੇਖਦੇ ਆ ਤਾਂ ਦਰਸ਼ਕ ਉਹਦਾ ਨਿਚੋੜ ਕੱਢਦਾ ਕਿ ਇਹ ਫਿਲਮ ਦੇ ਵਿੱਚ ਆ ਜਿਹੜੀ ਵਿਸ਼ਾ ਪ੍ਰਧਾਨ ਸੀ ਇਹ ਜਿਹੜੀ ਫਿਲਮ ਆ ਉਹ ਸਟਾਰੀਜ਼ਮ ਇਹਦੇ ਤੇ ਭਾਰੀ ਸੀਗਾ ਜਾਂ ਇਸ ਦੇ ਵਿੱਚ ਆ ਜਿਹੜਾ ਮਿਊਜ਼ਿਕ ਪ੍ਰਧਾਨ ਸੀਗਾ ਇਹ ਫਿਲਮ ਦੇ ਵਿੱਚ ਪ੍ਰਧਾਨ ਕੋਰ ਹੈ। ਸਕ੍ਰਿਪਟ ਪ੍ਰਧਾਨ ਹੈ ਜੀ ਇਹਦੀ ਸਟੋਰੀ। ਸਟੋਰੀ ਤੋਂ ਬਾਅਦ ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਹੀ ਇੱਕ ਫਿਲਮ ਬਣਦੀ ਹੈ ਜੀ। ਸੋ ਇਹ ਆਈ ਥਿੰਕ ਹਰ ਫਿਲਮ ਦੇ ਵਿੱਚ ਹਰ ਸਾਰੀਆਂ ਚੀਜ਼ਾਂ ਹੀ ਪ੍ਰਦਾਨ ਹੁੰਦੀਆਂ ਪਰ ਸਭ ਤੋਂ ਇਹਦੀ ਮੇਨ ਚੀਜ਼ ਆ ਜਿਹਦੇ ਉੱਤੇ ਫੋਕਸ ਆ ਉਹ ਤੁਹਾਡੀ ਜਿਹੜੀ ਸਟੋਰੀ ਆ ਉਹ ਸਟੋਰੀ ਆਪਦੇ ਆਪ 'ਚ ਇੱਕ ਬਹੁਤ ਵੱਡੀ ਚੀਜ਼ ਆ ਚਤਤਨ ਨੂੰ ਜਦ ਤੁਸੀਂ ਵੜਜੂਗੇ ਉਹਦੇ ਵਿੱਚ ਜਿਹੜਾ 1.5 2 ਘੰਟੇ 1 ਘੰਟੇ 45 ਮਿੰਟ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਤੁਸੀਂ ਜਦ ਵੜ ਗਏ ਤੁਹਾਨੂੰ ਉਹਦੇ ਵਿੱਚ ਪਹਿਲਾਂ ਤਾਂ ਸਟੋਰੀ ਨਹੀਂ ਤੁਹਾਨੂੰ ਸਟੋਰੀ ਇਟਸ ਅ ਵੈਰੀ ਇੰਟਰਸਟਿੰਗ ਥਿੰਗ ਹੈ ਨਾ ਆਫਟਰ ਥੈਟ ਦ ਮਿਊਜ਼ਿਕ ਬੈਕਗਰਾਉਂਡ ਮਿਊਜ਼ਿਕ ਤੇ ਜੇ ਤੁਸੀਂ ਹੁਣ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਪ੍ਰਧਾਨਤਾ ਪ੍ਰਧਾਨ ਸਟੋਰੀ ਹੈ ਜੀ ਇਸ ਫਿਲਮ ਦੀ ਸਭ ਤੋਂ ਜਿਹੜੀ ਮੇਨ ਇਹਦੀ ਨੀ ਆ ਜਿਹੜੀ ਮੇਨ ਚਾਰਡ ਆ ਇਹਦੀ ਦੈਟ ਇਜ਼ ਸਟੋਰੀ ਜੇ ਤੁਸੀਂ ਫਿਲਮ ਦੇ ਕੇ ਦਰਸ਼ਕ ਬਾਹਰ ਨਿਕਲਣਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਬਾਰੇ ਉਹ ਗੱਲ ਕਰਨਗੇ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਇਹ ਫਿਲਮ ਦੇਖੀ ਹੈ ਦੀ ਡਬਿੰਗ ਹੁੰਦੀ ਦੀ ਨਹੀਂ ਇਹ ਆਨਸਰ ਤਾਂ ਜੀ ਇਹ ਤਾਂ ਰੱਬ ਹੱਥ ਹੈ ਜੀ ਪਤਾ ਨਹੀਂ ਹੁਣ ਉਹਨਾਂ ਨੇ ਕਿਹੜੀ ਗੱਲ ਕਰਨੀ ਹੈ ਜੀ ਹੈਨਾ ਤੇ ਆਪਾਂ ਕੁਝ ਵੀ ਗੈਸ ਨਾ ਕਰੀਏ ਤਾਂ ਵਾਸ ਆਡੀਅੰਸ ਤੇ ਪਰਮਾਤਮਾ ਦੇ ਅੱਥਵਾਸਾ ਜੀ ਜੀ ਕੋਈ ਇਹਦਾ ਆਪਾਂ ਆਨਸਰ ਨਹੀਂ ਕੀ ਕਰ ਸਕਦੇ ਹਾਂ ਜੀ ਜਦ ਤੱਕ ਆਪਾਂ ਇੰਟਰਵਿਊ ਕਰ ਰਹੇ ਹਾਂ ਤਾਂ ਹੁਣ ਤੱਕ ਇਸ ਫਿਲਮ ਦੇ ਤਿੰਨ ਗਾਣੇ ਰਿਲੀਜ਼ ਹੋ ਚੁੱਕੇ ਨੇ ਹਰਪ੍ਰਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਗਾਣਾ ਰਿਲੀਜ਼ ਹੋਇਆ ਮਨਮੋਹਨ ਵਾਰਿਸੁਰ ਦਾ ਪ੍ਰਭ ਗਿਲ ਹੋਰਾਂ ਦਾ ਗੀਤ ਰਿਲੀਜ਼ ਹੋਇਆ ਕਹਿੰਦੇ ਹੁੰਦੇ ਨੇ ਕਿ ਫਿਲਮ ਆ ਜਿਹੜੀ ਉਹ ਛੋਟੇ 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 ਚੀਜ਼ਾਂ ਨੂੰ ਮਿਲਾ ਕੇ ਇੱਕ ਕੰਪਲੀਟ ਪੈਕ ਬਣਦਾ ਨਾ ਸੋ 뮤ਜ਼ਿਕ ਬੜਾ ਇੰਪੋਰਟੈਂਟ ਚੀਜ਼ ਰਹਿੰਦੀ ਆ ਫਿਲਮ ਦੇ ਵਿੱਚ ਤੁਹਾਨੂੰ ਇਹ ਫਿਲਮ ਦਾ 뮤ਜ਼ਿਕ ਕਿਦਾਂ ਦਾ ਲੱਗਿਆ ਜਾਂ ਕਿਵੇਂ ਦਾ 뮤ਜ਼ਿਕ ਇਹ ਫਿਲਮ ਦੇ ਲਈ ਕਿਵੇਂ ਡਿਜ਼ਾਈਨ ਕੀਤਾ ਗਿਆ ਸੀ ਕਿਉਂਕਿ ਜਿੰਨੇ ਗਾਣੇ ਆਏ ਨੇਗੇ ਸਾਰੇ ਬੜੇ ਕਮਾਲ ਦੇ ਨੇ ਤੇ ਸਾਰੇ ਦਿਲ ਤੇ ਲੱਗਦੇ ਨੇ ਗੀਤ ਦਿਲੋਂ ਬਣਾਇਆ ਹੋਇਆ 뮤ਜ਼ਿਕ ਹੈ ਜੀ ਦਿਲ ਤੇ ਲੱਗਣਾ ਤੇ ਇੱਕ ਇੱਕ ਚੀਜ਼ ਇੱਕ ਇੱਕ ਸੀਜ਼ ਲਿਖ ਤੇ ਵੀਤ ਭਾਈ ਉਹਨਾਂ ਨੇ ਲਿਖੇ ਨੇ ਗਾਣੇ ਜੀ ਸਿਚੁਏਸ਼ਨ ਨੂੰ ਸਮਝ ਕੇ ਸਟੋਰੀ ਦੇ ਵਿੱਚ ਵੜ ਕੇ ਐ ਚੰਗੀਤਰਾ ਅੰਦਰ ਜਾ ਕੇ ਦਿਨ ਉਹ ਸ਼ਬਦਾਵਲੀ ਆਈ ਆ ਉਦੋਂ ਬਾਅਦ ਉਹਨਾਂ ਨੂੰ ਪਰੋਇਆ ਚੈਦੇ ਭਾਜੀ ਨੇ ਬਹੁਤ ਸੋਹਣਾ ਉਦੋਂ ਬਾਅਦ ਗਾਇਆ ਬਹੁਤ ਸੋਹਣਾ ਗਾਇਆ ਪ੍ਰਪਕਲ ਨੇ ਬਹੁਤ ਸੋਹਣਾ ਗਾਇਆ ਜੀ ਜੀ ਵਾਰਿਸ ਸਾਹਿਬ ਉਹਨਾਂ ਦੀ ਤਾਂ ਕੀ ਬਾਤਾਂ ਜੀ ਮਾਨ ਸਾਹਿਬ ਦਾ ਤੁਸੀਂ ਸੁਣ ਲਿਆ ਆਲਰੇਡੀ ਬਿਲਕੁਲ ਇਦੋਂ ਬਾਅਦ ਨੈਕਸਟ ਹੁਣ ਗਾਣਾ ਆ ਕਰ ਕਰ ਵੇਲਾ ਯਾਦ ਸਿੰਧੜੀ ਮਾਨਕ ਸਾਹਿਬ ਉਹ ਗਾਣਾ ਅੱਜ ਰਿਲੀਜ਼ ਹੋਊਗਾ ਜੀ ਤੇ ਵਿਦਨ 2 ਡੇਸ ਨੈਕਸਟ ਗਾਣਾ ਤਰਸੀਮ ਬਾਈ ਜੀ ਉਹਨਾਂ ਦਾ ਆਉਣ ਵਾਲਾ ਸੋ ਸਾਰੀਆਂ ਚੀਜ਼ਾਂ ਸਜਰਨੀ ਤੇ ਉਹ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਚੀਜ਼ਾਂ ਬਣਦੀਆਂ ਜਾ ਰਹੀਆਂ ਕੁਦਰਤ ਬਣੌਦੀ ਜਾ ਰਹੀ ਸੀ ਜਿਸੀਂ ਕਰਦੇ ਜਾ ਰਹੇ ਸੀ ਥੈਟਸ ਇਟ ਜਿਵੇਂ ਇਹ ਪੋਸਟ ਪੀਰੀਆਡਿਕ ਫਿਲਮ ਆ ਤੇ ਕੀ ਵੀ ਰਹਾ ਹੁੰਦਾ ਕਿ ਮਿਊਜ਼ਿਕ ਆ ਜਿਹੜਾ ਆਪਾਂ ਅੱਜ ਦੇ ਟਾਈਮ ਦਾ ਲੈ ਲੈਨੇ ਆ ਤੇ ਇਹਦੇ ਮਿਊਜ਼ਿਕ ਪਿੱਛੇ ਵੀ ਕੁਝ ਤੁਹਾਡੀ ਸਟਰੈਟਜੀ ਸੀਗੀ ਕਿ ਨਹੀਂ ਕਹਾਣੀ ਆਪਣੀ ਉਸ ਡੌਰ ਦੀ ਆ ਮਿਊਜ਼ਿਕ ਤੁਸੀਂ ਕਿੱਦਾਂ ਦਾ ਲੈਣਾ ਆ ਕਿਉਂਕਿ ਕਈ ਵਾਰ ਇਹ ਵੀ ਚੀਜ਼ ਕ੍ਰਿਟਿਸਿਜ਼ਮ ਦਾ ਹਿੱਸਾ ਬਣ ਜਾਂਦੀ ਹੈ ਕਿ ਫਿਲਮ ਆ ਜਿਹੜੀ ਉਹ 1964 ਦੀ ਸੀ ਬਾਤ ਦੀ ਸੀਗੀ ਤੇ ਮਿਊਜ਼ਿਕ ਉਹਨਾਂ ਨੇ ਅੱਜ ਦਾ ਤਿਆਰ ਕੀਤਾ ਹੋਇਆ ਸੀਗਾ ਬਿਲਕੁਲ ਜੀ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈ ਇਹ ਚੀਜ਼ਾਂ ਪਹਿਲਾਂ ਤੁਸੀਂ ਸੋਚਿਆ ਜਿਹੜਾ ਕਿ ਜਿੰਨੇ ਬੰਦੇ ਵੀ ਸਾਡੇ ਇਸ ਪ੍ਰੋਜੈਕਟ ਨਾਲ ਜੁੜੇ ਆ ਉਹ ਹਰ ਬੰਦਾ ਇਹਦੀ ਸਟੋਰੀ ਨੂੰ ਸਭ ਤੋਂ ਪਹਿਲਾਂ ਸਮਝਣ ਦੇ ਸਮਝੇ ਤਾਂ ਦੋ ਇਸ ਤੇ ਕੰਮ ਕਰੇ ਇਹ ਅਸੀਂ ਮਨ 'ਚ ਸੋਚਿਆ ਹੀ ਹੋਇਆ ਸੀ ਜੀ ਜੇਕਰ ਜੈਦੇ ਭਾਜੀ ਸਾਡੇ ਨਾਲ ਜੁੜੇ ਜੈਦੇ ਭਾਜੀ ਨੂੰ ਇੱਕ ਇੱਕ ਚੀਜ਼ ਇੱਕ ਇੱਕ ਸੀਨ ਬਾਰੇ ਉਹ ਪ੍ਰੋਪਰ ਨੌਲੇਜ ਸੀ ਫਿਰ ਘਟੋ ਘਟੋ ਉਹਨਾਂ ਨੇ 50 ਵਾਰ ਫਿਲਮ ਦੇਖੀ ਉਹਨੂੰ ਬਣਾਉਣ ਤੋਂ ਬਾਅਦ ਮੈਨੂੰ ਦਿਖਾਈ ਉੱਥੇ ਬੰਬੇ 'ਚ ਜੀ ਫਿਰ ਦੇਖਣ ਤੋਂ ਬਾਅਦ ਦੈਨ ਅਸੀਂ ਇਹਨਾਂ ਚੀਜ਼ਾਂ ਵੱਲ ਵਧੇ ਪਹਿਲਾਂ ਤਾਂ ਸਨਾਸ ਚਦਨਦੀ ਅਸੀਂ ਨਰੇਸ਼ਨ ਕਰਦੇ ਸੀ ਜਦ ਬਣਾਈ ਰਫ ਕਟ ਬਣਾਇਆ ਉਦੋਂ ਬਾਅਦ ਅਸੀਂ ਗਾਣੇ ਫਿਲਮ ਦੀ ਸਿਚੁਏਸ਼ਨ ਨੂੰ ਦੇਖ ਕੇ ਵਿੱਚ ਐਡ ਕੀਤੇ ਨੇ ਪਾਏ ਨੇ ਐਨੀ ਕਿ ਵੀ ਗਾਣਾ ਬਣਾ ਲਿਆ ਤੇ ਦੈਨ ਹੁਣ ਵੀ ਆਪਾਂ ਫਿਲਮ ਦੇ ਵਿੱਚ ਨੂੰ ਫਿਟ ਕਰਨਾ ਤੇ ਉਹ ਉਹ ਕੰਮ ਨਹੀਂ ਕੀਤਾ ਸੀ ਸਬ ਕੁਝ ਸਿਚੁਏਸ਼ਨਲ ਸੀ ਬਾਕੀ ਸਾਰੀ ਚੀਜ਼ਾਂ ਸਿਚੁਏਸ਼ਨਲ ਨੇ ਕੋਈ ਇਹ ਹੋ ਜਾ ਬੱਚੋ ਐਕਸਟਰਾ ਕੋਈ ਚੀਜ਼ ਪਾਈ ਨਹੀਂ ਗਈ ਤੇ ਹਰ ਚੀਜ਼ ਸਟੋਰੀ ਨੂੰ ਅੱਗੇ ਵਧਾਉਂਦੀ ਆ ਵਧਾਉਂਦਾ ਹੋਇਆ ਮਿਊਜ਼ਿਕ ਆ ਉਤਾਦੀ ਬਣ ਸਕਦਾ ਜੇਕਰ ਸਾਰੇ ਤੁਸੀਂ ਇੱਕ ਪ੍ਰੋਜੈਕਟ ਨਾਲ ਜੁੜੇ ਹੋਏ ਹੋ ਉਹਦੇ ਲੋ ਤੇ ਜੇ ਤੁਸੀਂ ਸਾਰੇ ਉਸ ਦਰਸ਼ਕ ਨੂੰ ਸਮਝ ਰਹੇ ਹੋ ਬਈ ਹਾਂ ਇਹ 60 ਦਾ 65 ਦਾ ਪੀਰੀਅਡ ਆ ਜਾਂ ਇਹ ਪੀਰੀਅਡ ਆ ਮਿਊਜ਼ਿਕ ਦਾ ਨਾਲੇ ਨਾ ਕੋਈ ਕੋਈ ਮਿਊਜ਼ਿਕ ਦਾ ਕੋਈ ਪੀਰੀਅਡ ਨਹੀਂ ਹੁੰਦਾ ਜੀ ਹੈ ਨਾ ਸਿਰਫ ਇੱਕ ਬੀਟ ਤੋਂ ਨਾ ਹੁੰਦੀ ਹੈ ਜਿਆ ਨੂੰ ਆਪਾਂ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਕਿ ਇਹ ਡਿਜੀਟਲਾਈਜੇਸ਼ਨ ਆ ਜਾਂ ਇਹ 올ਡੇਸਟ ਆ ਜਾਂ ਇਹ ਚੀਜ਼ਾਂ ਪੁਰਾਣੇ ਕਲਚਰ ਨਾਲ ਸੰਬੰਧਿਤ ਹੈ ਬਸ ਉਹ ਇੱਕ ਬੀਟਸ ਹੁੰਦੀਆਂ ਬੀਟਸ ਤੋਂ ਇਲਾਵਾ ਤਾਂ ਸੁਰਾ ਦਾ ਕੋਈ ਸੁਰਤਾ ਖੁੱਲਲੇ ਨਹੀਂ ਜੀ ਉਹ ਤਾਂ ਅੱਜ ਤੋਂ 100 ਸਾਲ ਪਹਿਲਾਂ ਵੀ ਸਰੋਮੀ ਚੱਲ ਰਹੇ ਸੀ ਕਿ ਤੇ ਗਾਉਂ ਵੀ ਉਮੇ ਚੱਲਣੇ ਨੇ ਜਸਟਿਕ ਬੀਜ਼ ਵੈਕਪੀਟਸ ਤੇ ਮਿਊਜ਼ਿਕ ਦੀ ਜਿਹੜੀ ਖੇਡ ਆ ਉਹ ਅਸੀਂ ਸੋਚ ਸਮਝ ਕੇ ਆਂ ਜੈਦੇ ਭਾਜੀ ਉਹਨਾਂ ਦਾ ਬਤੌਰ ਉਹਨਾਂ ਨੇ ਐਜ਼ ਅ ਬੈਕਗ੍ਰਾਉਂਡ ਮਿਊਜ਼ਿਕ ਤੇ ਐਜ਼ ਅ ਮਿਊਜ਼ਿਕ ਡਾਇਰੈਕਟਰ ਕਲੰਸ ਕੰਮ ਕੀਤਾ ਤੂ ਬਹੁਤ ਖੂਬੀ ਨਿਭਾਇਆ ਉਹਨੇ ਕਮ ਆਮ ਸੈਟੀਸਫਾਈਡ ਟੋਟਲੀ ਸੈਟੀਸਫਾਈਡ ਬੀ ਜੀ ਫਿਲਮ ਦੀ ਕਹਾਣੀ ਕੀ ਮੈਂ ਇਸ ਬਾਰੇ ਗੱਲ ਨਹੀਂ ਕਰੂੰਗੀ ਕਿਉਂਕਿ ਫਿਲਮ ਦੀ ਟੀਮ ਨਾਲ ਪਹਿਲਾਂ ਇਸ ਵਾਰੀ ਕਾਫੀ ਗੱਲਾਂ ਹੋ ਚੁੱਕੀਆਂ ਨੇ ਕਿ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ ਅਡਜਸਟ ਕਰੇ ਵਾਲਾ ਸਾਹਿਬ ਉਹਨੇ ਬਹੁਤ ਸੋਹਣੇ ਜਵਾਬ ਦਿੱਤੇ ਨੇ ਫਿਲਮ ਦੇ ਕਈ ਵਾਰ ਫਿਲਮ ਬਣਾਉਣ ਲੱਗਿਆ ਡਾਇਰੈਕਟਰ ਦੇ ਆਲੇ ਦੁਆਲੇ ਕੁਝ ਜਿਹੜੀਆਂ ਨੇ ਡਿਸਟਰੈਕਸ਼ਨਸ ਘੁੰਮਣ ਲੱਗ ਜਾਂਦੀਆਂ ਨੇ ਜਿਹੜੀ ਉਹਦੀ ਕ੍ਰੀਏਟੀਵਿਟੀ ਨੂੰ ਅਫੈਕਟ ਕਰਨ ਲੱਗ ਜਾਂਦੀਆਂ ਨੇ ਹਨਾ ਹਾਂ ਹਾਂ ਸੋ ਇਸ ਫਿਲਮ ਵੈਸੇ ਦਾ ਜਸ ਦੇ ਨਾਲ ਵੀ ਤੁਹਾਡਾ ਪੁਰਾਣਾ ਐਕਸਪੀਰੀਅੰਸ ਆ ਸਿਮੀ ਦੇ ਨਾਲ ਵੀ ਤੁਸੀਂ ਪਹਿਲਾਂ ਕੰਮ ਕਰ ਚੁੱਕੇ ਹੋ ਤੇ ਜਿਮੀ ਹੁਰਾਂ ਦੇ ਲਈ ਵੀ ਤੁਸੀਂ ਕੰਮ ਕੀਤਾ ਹਨਾ ਤੇ ਇੱਥੇ ਤੁਹਾਨੂੰ ਕ੍ਰੀਏਟਿਵ ਫ੍ਰੀडम ਕਿੰਨੀ ਸੀਗੀ ਤੁਸੀਂ ਆਪਣੀ ਫੁੱਲ ਫ੍ਰੀडम ਦੇ ਨਾਲ ਕੰਮ ਕੀਤਾ ਫੁੱਲ ਫ੍ਰੀडम ਸੀਗੀ ਜੇ ਇਹ ਸਭ ਤੋਂ ਵੱਡਾ ਮੇਰਾ ਬੈਸਟ ਪਾਰਟ ਸੀਗਾ ਇੱਥੇ ਜਿਹੜਾ ਮੈਨੂੰ ਬੈਸਟ ਚੀਜ਼ ਮਿਲੀ ਇਸ ਪ੍ਰੋਡਕਸ਼ਨ ਹਾਊਸ ਨਾਨੂ ਕੀ ਸਟੂਡੀਓ ਤੇ ਜੀਕੇ ਐਂਟਰਟੇਨਮੈਂਟ ਜੀ ਤੁਹਾਨੂੰ ਮੇਨਾ ਬਾਰੇ ਪਤਾ ਹੀ ਹੋਣਾ ਨਾਨੂ ਕੀ ਸਟੂਡੀਓ ਦੇ ਸਾਰੇ ਅਸੀਂ ਇੱਕ ਇਸ ਗਰੁੱਪ ਐਂਡ ਜੀਕੇ ਐਂਟਰਟੇਨਮੈਂਟ ਮੈਨੋਂ ਦਾ ਜ਼ਿਕਰ ਕਰਨਾ ਚਾਹਾਂਗਾ ਜਿਹੜਾ ਇਸ ਫਿਲਮ ਤੇ ਬੈਕਬੋਨ ਨੇ ਉਹ ਵੀ ਅੰਟੀ ਜੀ ਨੇ ਕੈਨੇਡਾ ਤੋਂ ਗਗਨ ਧਾਲੀਵਾਲ ਜੀ ਜੀ ਸੋ ਮੈਨੂੰ ਇਹਨਾਂ ਸਾਰਿਆਂ ਨੇ ਇੱਕ ਪਰਿਵਾਰ ਟਾਈਪ ਸੀ ਸਾਰਾ ਕੁਝ ਤੇ ਮੈਨੂੰ ਇੰਨੀ ਇੱਕ ਫਰੀडम ਸੀ ਤੁਸੀਂ ਅੱਜ ਵੀ ਹੁਣ ਦੇਖ ਲਿਆ ਨਾ ਮੈਂ ਕੁਸਟਮ ਫਿਲਮ ਚੇਂਜ ਕਰਨਾ ਸੀ ਤਾਂ ਰਾਈਟ ਵਿੱਚ ਜਾ ਕੇ ਚੇਂਜ ਕਰਕੇ ਦੈਨ ਆਈ ਗੋ ਜੀ ਗੋ ਬੈਕ ਕਮ ਇਨ ਟੰਡੀਗੜ੍ਹ ਨਾ ਜਾ ਕੇ ਸੋ ਇਹ ਇੱਕ ਫਰੀडम ਦੇ ਵਿੱਚ ਹੀ ਤੁਸੀਂ ਇਹੋ ਜਿਹਾ ਕੰਮ ਕਰ ਸਕਦੇ ਆ ਤੇ ਫੀ ਤੁਆਡੀ ਮਨ ਲੱਗਦਾ ਵੀ ਜਦ ਤੁਹਾਡੇ ਤੇ ਆਲੇ ਦੁਆਲੇ ਚਾਰ ਖੜੇ ਹੋਣ ਜਾਣੇ ਜੀ ਆ ਕਿੱਦਾਂ ਕਰਨਾ ਕਿਵੇਂ ਕਰਨਾ ਤੇ ਤੁਸੀਂ ਕਿਤਨਾ ਕਿਤੇ ਕੌਨਸ਼ੀਅਸ ਹੁੰਦਾ ਬੰਦਾ ਫਿਰ ਨਰਵਸ ਵੀ ਹੁੰਦਾ ਜਿਹੜਾ ਤੁਸੀਂ ਬਾਤ ਦੀ ਗੱਲ ਕਰ ਰਹੇ ਸੀਗੇ ਪਰ ਜਦ ਆਲੇ ਦੁਆਲੇ ਸਾਰਾ ਸਾਡਾ ਪਰਿਵਾਰ ਹੋਵੇ ਉਹ ਤੁਹਾਨੂੰ ਸਪੋਰਟ ਕਰੇ ਵੀ ਨਹੀਂ ਵੀ ਜੇ ਤੂੰ ਇਹ ਚੀਜ਼ کہہ ਰਿਹਾ ਤੇ ਇੱਦਾਂ ਹੀ ਕਰਾਂਗੇ ਆਪਾਂ ਤੇ ਨੂੰ ਐਸੀ ਢੰਗ ਨਾ ਕਰਾਂਗੇ ਤਾਂ ਇੱਕ ਬਹੁਤ ਵਧੀਆ ਸਪੋਰਟਿਵ ਮਾਹੌਲ ਸੀਗਾ ਬਹੁਤ ਫੈਮਿਲੀਅਰ ਮਾਹੌਲ ਸੀਗਾ ਬਹੁਤ ਮਜ਼ਾ ਆਇਆ ਇਸ ਨੂੰ ਕਰਕੇ ਜੀ ਭਾਜੀ ਇਹ ਫਿਲਮ ਤੋਂ ਸਾਰਿਆਂ ਨੂੰ ਬੜੀਆਂ ਉਮੀਦਾਂ ਨੇ ਇੱਕ ਤੇ ਫਿਲਮ ਦਾ ਜਿਹੜਾ ਟਾਈਟਲ ਆ ਦਾਣਾ ਪਾਣੀ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵਸਿਆ ਹੋਇਆ ਹਨ ਕਿਉਂਕਿ ਅਸੀਂ ਦਾਣਾ ਪਾਣੀ ਦੇ ਲਈ ਕਿੱਥੇ ਕਿੱਥੇ ਤੱਕ ਨਹੀਂ ਪ੍ਰਵਾਸ ਕੀਤਾ ਲੋਕੀ ਆਪਣੇ ਪਿੰਡ ਘਰ ਛੱਡ ਕੇ ਜਿਹੜੇ ਉਹ ਮੁਲਕਾਂ ਦੇ ਵਿੱਚ ਬਾਹਰ ਬੈਠੇ ਹੋਣਗੇ ਫਿਲਮ ਤੋਂ ਸਾਰਿਆਂ ਨੂੰ ਬੜੀਆਂ ਉਮੀਦਾਂ ਨੇ ਤੁਸੀਂ ਇਸ ਫਿਲਮ ਬਾਰੇ ਕੁਝ ਖਾਸ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਇਹ ਚੀਜ਼ ਬਣਾਈ ਆ ਇਹਦੇ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਵਧੀਆ ਕਹਿ ਸਕਦੇ ਹੋ ਦਾਣਾ ਪਾਣੀ ਜਰੀਏ ਇੱਕ ਮੈਸੇਜ ਆ ਜੀ ਕਿ ਯੂਨੀਵਰਸਲ ਮੈਸੇਜ ਆਪਾਂ ਅਕਸਰ ਗੱਲਾਂ ਕਰ ਲੈਂਦੇ ਆ ਕਿ ਆਪਾਂ ਰਜ਼ਾ ਚ ਰਹੀਏ ਮਾਲਕ ਦੀ ਹੈ ਨਾ ਕੋਈ ਵੀ ਗੱਲ ਹੋਵੇ ਅਕਸਰ ਡੇਲੀ ਲਾਈਫ ਦੇ ਵਿੱਚ ਵੀ ਹਾਂ ਵੀ ਤੇਰਾ ਇੱਥੇ ਚਲ ਇੰਨਾ ਕੀ ਦਾਣਾ ਪਾਣੀ ਲਿਖਿਆ ਸੀਗਾ ਚਲ ਇੰਨਾ ਕੀ ਸੀਗਾ ਵੀ ਚਲ ਕੋਈ ਨਾ ਨਾ ਕੀ ਹੋਇਆ ਫਿਰ ਕੀ ਹੋਇਆ ਰੱਬ ਨੇ ਐ ਕਰਤਾ ਰੱਬ ਨੇ ਜੋ ਕਰਤਾ ਵੀ ਭਾਣੇ ਚ ਰਹੋ ਸੋ ਉਹ ਇੱਕ ਮੈਸੇਜ ਨੂੰ ਦਿਖਾਉਣ ਲਈ ਇਹ ਫਿਲਮ ਦਾ ਮੇਨ ਜਿਹੜਾ ਮੋਟਿਵ ਹੀ ਇਹ ਆ ਕਿ ਮਾਲਕ ਦੇ ਉਸ ਪਰਮਾਤਮਾ ਦੇ ਭਾਣੇ ਚ ਰਹੋ ਵੀ ਜਦ ਤੁਹਾਡੀਆਂ ਕੁਦਰਤ ਚੀਜ਼ਾਂ ਠੀਕ ਕਰਨਾ ਸ਼ੁਰੂ ਕਰਦੀਆਂ ਹਨ ਜੀ ਤੇ ਫੇਰ ਤੁਸੀਂ ਆਟੋਮੈਟਿਕਲੀ ਉਹਨਾਂ ਸਹੀ ਰਸਤਿਆਂ ਤੇ ਵੀ ਤੁਰਨਾ ਸ਼ੁਰੂ ਕਰ ਦਿੰਦੇ ਹੋ ਤੇ ਜਿੱਥੇ-ਜਿੱਥੇ ਤੁਹਾਡਾ ਦਾਣਾ ਪਾਣੀ ਲਿਖਿਆ ਹੋਇਆ ਪਰਮਾਤਮਾ ਨੇ ਉੱਥੇ-ਉੱਥੇ ਜਾ ਕੇ ਤੁਸੀਂ ਉਹ ਚੁਗਣੇ-ਚੁਗਣਾ ਜਿਵੇਂ ਕਿ ਮੈਂ ਤੁਸੀਂ ਅੱਜ ਆਪਾਂ ਇੱਕ ਪਰਮਾਤਮਾ ਨੇ ਆਲਰੇਡੀ ਡਿਸਾਈਡ ਕੀਤਾ ਸੀ ਵੀ ਇੱਕ ਨਾ ਇੱਕ ਦਿਨ ਹੀ ਦਿਨ ਆਉਣਾ ਤੁਸੀਂ ਲੋਕਾਂ ਨੇ ਆ ਕੇ ਆਪਾਂ ਇੰਟਰਵਿਊ ਦੇਣੀ ਹੈ ਆਪਾਂ ਇੰਟਰਵਿਊ ਕਰਨੀ ਹੈ ਇਸ ਜਗ੍ਹਾ ਦੇ ਉੱਤੇ ਆ ਕੇ ਆਪਾਂ ਇੰਟਰਵਿਊ ਐਵੇਂ ਰਿਕਾਰਡ ਕਰਨੀ ਹੈ ਇਹ ਚੀਜ਼ਾਂ ਸਾਰੀਆਂ ਪ੍ਰੀ ਡਿਸਾਈਡਡ ਸੀਗੀਆਂ ਇਹ ਕੋਈ ਐ ਨਹੀਂ ਵੀ ਆਪਾਂ ਹੁਣੇ ਲਿਖ ਲਈਆਂ ਜਾਂ ਮਨ ਘੜਤ ਇੱਥੇ ਆ ਕੇ ਬਣਾ ਲਈਆਂ ਹਰ ਇੱਕ ਕੱਲੀ ਕੱਲੀ ਚੀਜ਼ ਉਹ ਸੁਆਹੀ ਗੁਰ ਨੇ ਲਿਖੀ ਹੋਈ ਹੈ ਹਰ ਇੱਕ ਇਨਸਾਨ ਦਾ ਤੁਸੀਂ ਕਿੱਥੇ ਅੱਜ ਤੁਸੀਂ ਕਿੱਥੇ ਅੱਜ ਤੋਂ 1 ਸਾਲ ਬਾਅਦ ਤੁਸੀਂ ਕੀ ਕਰਨਾ ਕੀ ਕਰਨਾ ਤਾਂ 올 ਇਸ ਪ੍ਰੀ ਡਿਸਾਈਡਡ ਦੈਟਸ ਅ ਬਿਊਟੀ ਆਫ ਗੋਡ ਸੋ ਤੁਸੀਂ ਮਤਲਬ ਜ਼ਿੰਦਗੀ ਚ ਇਹੀ ਹੈ ਕਿ ਇੱਕੋ ਹੀ ਸਬਕ ਹੈ ਜ਼ਿੰਦਗੀ ਚ ਬਸ ਆਪਦੇ ਜੋ ਰਸਤੇ ਤੁਹਾਡੇ ਸਾਹਮਣੇ ਨੇ ਉਹਨਾਂ ਤੇ ਚੱਲਦੇ ਜਾਓ ਉਹਨਾਂ ਨੂੰ ਕਈ ਆਪਦੀ ਆਪਦੇ ਦਿਮਾਗ ਨਾਲ ਰਸਤਿਆਂ ਨੂੰ ਕ੍ਰੀਏਟ ਨਾ ਕਰੋ ਆਪ ਤੁਹਾਡੇ ਦਿਲ ਨੇ ਜੋ ਚੀਜ਼ਾਂ ਬਣਾਈਆਂ ਹੋਈਆਂ ਜੋ ਤੁਹਾਡਾ ਦਿਲ ਕਹਿ ਰਿਹਾ ਉਧਰ ਤੇ ਚੱਲਦੇ ਜਾਓ ਬਸ ਦੈਟਸ ਇਟ ਤੇ ਤੁਹਾਡੀ ਜ਼ਿੰਦਗੀ ਬਹੁਤ ਸੁਖਾਲੀ ਨਿਕਲਦੀ ਆ ਤੇ ਤੁਹਾਡੀਆਂ ਮੁਸੀਬਤਾਂ ਪ੍ਰੋਬਲਮਸ ਕੁਝ ਨਹੀਂ ਆਉਂਦੀਆਂ ਦੈਟਸ ਐਵੇਂ ਗੱਲਾਂ ਨੇ ਉਹ ਸਾਰੀਆਂ ਤੇ ਹੋ ਸਕਦਾ ਕੱਲ ਨੂੰ ਕੋਈ ਇਹੋ ਜੀ ਗੱਲ ਆ ਜਾਏ ਦਿਨ ਮੈਂ ਸੋਚਾਂ ਬਟ ਇਹੋ ਜੀ ਸਿਚੁਏਸ਼ਨ ਨਾ ਕਦੇ ਕਿਸੇ ਤੇ ਆਉਂਦੀ ਆ ਨਾ ਕਦੇ ਉਹ ਸਿਰਫ ਆਪਣੀਆਂ ਬਣਾਈਆਂ ਗਿਆ ਸਿਚੁਏਸ਼ਨ ਨੇ ਪਰਮਾਤਮਾ ਕਦੇ ਨਹੀਂ ਇਹੋ ਜੀ ਤੁਹਾਨੂੰ ਸਿਚੁਏਸ਼ਨ ਚ ਪਾਉਂਦਾ ਜੇ ਪਾਉਂਦਾ ਤੇ ਤੁਹਾਨੂੰ ਉਹਦਾ ਹੱਲ ਲੱਟਾ ਸੋਲੂਸ਼ਨ ਵਧੀਆ ਦਿੰਦਾ ਤੇ ਤੁਸੀਂ ਉਸ ਘੜੀ ਨੂੰ ਮਾਨਦੇ ਚੱਲਦੇ ਆਂ ਸੋ ਤੇ ਬਾਣੇ ਚ ਰਹਿਓ ਮਾਲਕ ਨੇ ਜੋ ਤੁਹਾਡਾ ਲਿਖਿਆ ਹੋਇਆ ਜੋ ਤੁਹਾਡਾ ਜਿੱਥੇ ਕੱਟ ਸਿਰਦਾਣਾ ਪਾਣੀ ਅੱਛਾ ਬਹੁਤ ਖੂਬਸੂਰਤ ਜੁਆਸੀ ਭਾਜੀ ਅੱਛਾ ਇਹ ਫਿਲਮ ਤਾਂ ਤਿਆਰ ਆ ਹਨਾ ਉਸ ਤੋਂ ਬਾਅਦ ਫਿਰ ਮਿਊਜ਼ਿਕ ਪਾਲਕੀ ਰਖਿਆ ਰਹੇ ਨੇਗੇ ਕਿਉਂਕਿ ਤੁਸੀਂ ਜਦੋਂ ਇਹ ਫਿਲਮ ਦਾ ਟ੍ਰੇਲਰ ਆਇਆ ਸੀਗਾ ਤਾਂ ਪਹਿਲੀ ਵਾਰੀ ਕਿਸੇ ਫਿਲਮ ਦਾ ਟ੍ਰੇਲਰ ਸਾਨੂੰ ਲੱਗਿਆ ਕਿ ਇਹ ਫਿਲਮ ਦਾ ਟ੍ਰੇਲਰ ਆ ਨਹੀਂ ਤਾਂ ਇਹ ਹੁੰਦਾ ਕਿ ਪੰਜਾਬੀ ਫਿਲਮਾਂ ਦੀ ਉਹ ਜਿਹੜੀ ਫਿਲਮ ਹੁੰਦੀ ਹੈ ਪੂਰੀ ਉਹ ਟ੍ਰੇਲਰ ਦੇ ਵਿੱਚ ਦਿਖਾਈ ਹੁੰਦੀ ਹੈ ਕੋਈ ਐਕਸਾਈਟਮੈਂਟ ਰਹਿੰਦੀ ਉਹ ਨਹੀਂ ਕਿ ਅੱਛਾ ਫਿਲਮ ਦੇ ਵਿੱਚ ਕੀ ਹੋਇਆ ਹੋ ਵੀ ਜਿਹਨੂੰ ਦੇਖਣ ਜਾਈਏ ਹਨਾ ਤੇ ਇਹ ਫਿਲਮ ਦਾ ਜੋ ਟ੍ਰੇਲਰ ਆ ਸਾਡੇ ਲਈ ਐਕਸਾਈਟਮੈਂਟ ਪੈਦਾ ਕਰਦਾ ਹਨਾ ਕਿ ਕੀ ਹੋਇਆ ਹੋਊਗਾ ਨਿੱਕੀ ਕੁੜੀ ਦਾ ਮਾਮਾ ਜਾਂ ਕਿਉਂ ਨਾਂ ਲੱਗੇ ਜਾਂਦੀ ਆ ਜਾਂ ਕਿੱਦਾਂ ਹਨਾ ਜਾਂ ਨਿਰਮਲ ਰਿਸ਼ੀ ਉਹਨਾਂ ਦਾ ਕੀ ਕਿਰਦਾਰ ਹੋਊਗਾ ਸਿਮੀ ਚਾਲੇ ਦੇ ਵਿੱਚ ਬਸੰਤ ਕੌਰ ਕਿਉਂ ਬਣੀ ਹੋਈ ਆ ਹਨਾ ਸੋ ਇਹ ਕਿਉਰਿਓਸਟੀ ਪੈਦਾ ਕਰ ਦੇਣੀ ਜਿਸ ਦੇ ਕਰਕੇ ਜਿਹੜਾ ਡੈਫੀਨੇਟਲੀ ਦਰਸ਼ਕ ਨੇ ਸਿਨੇਮਾ ਘਰ ਤੱਕ ਜ਼ਰੂਰ ਜਾਣਗੇ ਹਨਾ ਤੇ ਦਾਣਾ ਪਾਣੀ ਤੋਂ ਅੱਗੇ ਤੁਸੀਂ ਕੀ ਲੈ ਕੇ ਆ ਰਹੇ ਹੋ ਅਜੀਤਾ ਸੱਤ ਪਹਿਲਾਂ ਇਹ ਹੀ ਆ ਜੀ ਕਿ ਦਾਣਾ ਪਾਣੀ ਪ੍ਰੋਪਰਲੀ ਪਰਮਾਤਮਾ ਕਰੇ ਸਭ ਐਂd ਵਧੀਆ ਟੰਗਨਾ ਰਿਲੀਜ਼ ਹੋਵੇ ਆਫਟਰ ਥੈਟ ਇਹਦਾ ਰਿਸਪਾਂਸ ਆਵੇ ਤੇ ਇੱਕ ਦੋ ਚੀਜ਼ਾਂ ਡਿਸਾਈਡਡ ਨੇ ਜੀ ਨੈਕਸਟ ਫਿਲਮ ਬਾਜੀ ਦੇ ਨਾਲ ਹੀ ਜੰਮੀ ਬਾਜੀ ਨਾਲ ਹੀ ਕਰ ਰਹੇ ਆ ਜੀ ਤੇ ਉਹਨੂੰ ਆਪਾਂ ਵੈਰੀ ਸੂਨ ਉਹਦੀ ਅਨਾਉਂਸਮੈਂਟ ਕਰਦੇ ਆ ਆਫਟਰ ਰਿਲੀਜ਼ ਤੇ ਉਸ ਤੋਂ ਬਾਅਦ ਵੀ ਬਸ ਇਹ ਇੱਕ ਦੋ ਕਨਸੈਪਟਸ ਨੇ ਮਨ ਦੇ ਵਿੱਚ ਤੇ ਉਹ ਉਹ ਵੀ ਇਦਾਂ ਸੰਜੀਦਾ ਵਿਸ਼ਿਆਂ ਤੇ ਹੀ ਹੋਣਗੇ ਕਿਉਂਕਿ ਰੱਬ ਦਾ ਰੇਡੀਓ ਵੀ ਇੱਕ ਬੜਾ ਸੁਖਮ ਜਾਂ ਵਿਸ਼ਾ ਸੀਗਾ ਤੇ ਇਹ ਵੀ ਬਿਲਕੁਲ ਬਿਲਕੁਲ ਕਸ਼ਕਸ਼ ਬੇਸਿਕਲੀ ਸੱਚ ਦੇ ਆਧਾਰਿਤ ਨੇ ਚੀਜ਼ਾਂ ਜੀ ਹੋਰ ਕੋਈ ਮੈਂ ਤੁਹਾਨੂੰ ਇਦਾਂ ਦਾ ਕੋਈ ਹੋਪਫੁਲੀ ਤੁਸੀਂ ਸਮਝ ਸਕਦੇ ਹੋ ਉਹਨਾਂ ਨੇ ਕਹਿਣਾ ਚਾਹੁੰਦਾ ਤੁਹਾਨੂੰ ਤੇ ਬਾਕੀ ਪਤਾ ਨਹੀਂ ਜੀ ਹੁਣ ਦੇਖਦੇ ਆ ਕਿਦਾਂ ਕੀ ਹੁੰਦਾ ਲੈਟਸ ਸੀ ਉਹਨੇ ਜੋ ਲਿਖਿਆ ਹੋਇਆ ਉਹ ਹੀ ਕਰਨਾ ਹੈ ਉਹ ਡਿਸਾਈਡਡ ਆ ਜੀ ਤੇ ਬਸ ਇੰਨਾ ਕੀ ਇੱਕ ਲਕੀਰ ਜਸਟ ਖਿੱਚਣ ਦੀ ਜ਼ਰੂਰਤ ਹੁੰਦੀ ਆ ਉਹ ਉਹ ਬਸ ਬੋਣ ਦੀ ਜ਼ਰੂਰਤ ਆ ਬਾਕੀ ਦਾ ਅੱਗੇ ਉਹਨੇ ਲੈ ਜਾਣਾ ਉਹ ਬਾਈ ਐ ਜਸਟ ਉਹ ਡਿਸਾਈਡਡ ਆ ਕਿ ਨੈਕਸਟ ਫਿਲਮ ਤਾਂ ਭਾਜੀ ਦੇ ਨਾਲ ਹੀ ਸ਼ੁਰੂਆਤ ਕਰਨੀ ਹੈ ਜੂਨ ਦੇ ਵਿੱਚ ਕਰਾਂਗੇ ਜੀ ਜੀ ਚਲੋ ਸਾਡੇ ਵੱਲੋਂ ਬਹੁਤ ਸਾਰੀਆਂ ਦੁਆਵਾਂ ਇਹ ਫਿਲਮ ਤੇ ਚੰਗਾ ਬਿਜ਼ਨਸ ਕਰੇ ਹੀ ਕਰੇ ਨਾਨੂ ਕੀ ਸਟੂਡੀਓ ਜੀ ਕਿ ਐਂਟਰਟੇਨਮੈਂਟ ਐਂਡ ਇਨ ਐਸੋਸੀਏਸ਼ਨ ਵਿਦ ਕੈਮ ਆਰਟਸ ਇਹ ਫਿਲਮ 4 ਮਹੀਨੋਂ ਰਿਲੀਜ਼ ਹੋ ਰਹੀ ਹੈ ਤੇ ਤਰਨਵੀਰ ਜਗਪਾਲ ਹੋਰੀ ਨੇ ਫਿਲਮ ਡਾਇਰੈਕਟ ਕੀਤੀ ਹੈ ਜਿਸ ਦੇ ਬਾਬਤ ਆਪਾਂ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਇਸ ਫਿਲਮ ਲਈ ਦੁਆਵਾਂ ਲਗੀਆਂ ਤੇ ਇਹ ਸਾਲ ਤੁਹਾਡੇ ਲਈ ਬਹੁਤ ਚੰਗਾ ਹੋਵੇ ਬਹੁਤ ਬਹੁਤ ਮਿਲ ਗਈ ਜੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਸੋ ਇਸਨ ਸਾਡੇ ਨਾਲ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਹੋਰੀ ਫਿਲਮ ਦਣਾ ਪਣੀ ਦੀ ਗੱਲਬਾਤ ਆਪਾਂ ਕਰ ਰਹੇ ਸੀਗੇ ਤੇ ਟਾਈਮ ਕੱਟ ਕੇ ਜ਼ਰੂਰ ਇਸ ਫਿਲਮ ਨੂੰ ਤੁਸੀਂ ਥੀਏਟਰ ਦੇ ਵਿੱਚ ਜਾ ਕੇ ਵੇਖਿਓ ਮੈਨੂੰ ਗੁਲਦੀਪ ਕਰੇਵਾਲ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ